सब्सक्राइब करें हमारे यूट्यूब चैनल को और बेल आइकन दबाना ना भूलें ताकि आपको मिलते रहे हमारे सॉफ्टवेयर रिगार्डिंग अपडेट्स। प्यारे आड़ती वीरो मुक्ति सॉफ्टवेयर तो स्वागत है अज अं मुक्ति सॉफ्टवेयर सीखा कि असी वेंडर का डाटा मुक्ति सॉफ्टवेयरों डायरैक्ट पी एफ़ एम एस दे पोर्टल पर कि अपलोड कर सकते हैं ये भीडियो मुक्ति सॉफ्टवेयर के यूजर लिए बहुत जरूरी है इस ना काम बहुत आसान हो जाएगा ਤਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਸੌਫਟਵੇਅਰ ਨੂੰ ਅਪਡੇਟ ਕਰਨਾ ਹੈ ਅਪਡੇਟ ਘੱਟੋ-ਘੱਟ ਤੁਹਾਡਾ 23 ਅਕਤੂਬਰ ਦਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਅਸੀਂ ਸੌਫਟਵੇਅਰ ਨੂੰ ਚਲਾਵਾਂਗੇ ਅਤੇ ਉਸ ਵਿੱਚ ਕਿਸੇ ਵੀ ਇੱਕ ਫਾਰਮਰ ਦਾ ਖਾਤਾ ਮੋਡੀਫਾਈ ਕਰਾਂਗੇ ਮੋਡੀਫਾਈ ਕਰਨ ਤੋਂ ਬਾਅਦ ਅਸੀਂ ਉਸ ਵਿੱਚ ਉਸ ਦੀ ਡਿਟੇਲ ਭਰਾਂਗੇ ਜਿਸ ਵਿੱਚ ਫਾਰਮਰ ਦਾ ਆਧਾਰ ਕਾਰਡ ਨੰਬਰ ਫੋਨ ਨੰਬਰ ਈਮੇਲ ਆਈਡੀ ਅਗਰ ਹੈ ਤਾਂ ਪਾਣੀ ਬਹੁਤ ਜ਼ਰੂਰੀ ਹੈ ਅਤੇ ਇਸ ਵਿੱਚ ਉਸ ਦੇ ਬੈਂਕ ਦਾ ਨਾਮ ਸਿਲੈਕਟ ਕਰਾਂਗੇ ਅਤੇ ਉਸ ਤੋਂ ਬਾਅਦ ਉਸ ਦੇ ਬੈਂਕ ਅਕਾਊਂਟ ਦਾ ਨੰਬਰ ਐਡ ਕਰਾਂਗੇ ਅਕਾਊਂਟ ਨੰਬਰ ਐਡ ਕਰਨ ਤੋਂ ਬਾਅਦ ਅਸੀਂ ਇਸ ਵਿੱਚ ਆਈ ਐਫ ਐਸ ਆਈ ਕੋਡ ਐਡ ਕਰਾਂਗੇ ਅਤੇ ਇਸ ਨੂੰ ਸੇਵ ਕਰ ਦੇਾਂਗੇ ਉਸ ਤੋਂ ਬਾਅਦ ਅਸੀਂ ਅਦਰ ਮੀਨੂ ਵਿੱਚ ਆਉਣਾ ਹੈ ਅਤੇ ਉਸ ਵਿੱਚ ਆਪਸ਼ਨ ਹੈ pm ms परफॉरमा उस ਵਿੱਚ ਅਸੀਂ ਆਪਣੇ ਫਾਰਮਰ ਨੂੰ ਮਾਰਕ ਕਰਨਾ ਹੈ ਅਸੀਂ ਸਿੰਗਲ ਸਿੰਗਲ ਫਾਰਮਰ ਨੂੰ ਵੀ ਮਾਰਕ ਕਰ ਸਕਦੇ ਹਾਂ ਜਾਂ ਅਸੀਂ ਸਾਰੇ ਫਾਰਮਰਸ ਨੂੰ ਮਾਰਕ ਕਰਨਾ ਹੈ ਤਾਂ ਅਸੀਂ ਇੱਥੇ f5 press ਕਰਾਂਗੇ f5 press ਕਰਨ ਨਾਲ ਸਾਰੇ ਫਾਰਮਰ ਮਾਰਕ ਹੋ ਜਾਣਗੇ ਉਸ ਤੋਂ ਬਾਅਦ ਐਂਟਰ ਕਰਾਂਗੇ ਉਸ ਤੋਂ ਬਾਅਦ ਅਸੀਂ ਹਰ ਇੱਕ ਫਾਰਮਰ ਤੇ ਐਂਟਰ ਕਰਕੇ ਫਾਰਮਰ ਦਾ ਨਾਮ ਜੋ ਬੈਂਕ ਦੇ ਖਾਤੇ ਵਿੱਚ ਹੈ ਉਹ ਵਾਲਾ ਨਾਮ ਇੱਥੇ ਪਾਵਾਂਗੇ ਅਤੇ ਜੋ ਫਾਦਰ ਨੇਮ ਉਸ ਦੇ ਬੈਂਕ ਖਾਤੇ ਵਿੱਚ ਹੈ ਉਹ ਪਾਵਾਂਗੇ ਇਹ ਸਭ ਕੰਪਲੀਟ ਕਰਨ ਤੋਂ ਬਾਅਦ ਅਸੀਂ ਇਸ ਨੂੰ ਕੰਟਰੋਲ ਪੀ ਕਰਾਂਗੇ ਅਤੇ ਇੱਕ ਨੰਬਰ অপਸ਼ਨ ਪੀ ਐਫ ਐਮ ਐਸ ਪਰਫਾਰਮਾ ਅਪਲੋਡ ਤੇ ਐਂਟਰ ਕਰਾਂਗੇ ਕੰਟਰੋਲ ਪੀ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਐਕਸਲ ਫਾਈਲ ਬਣ ਜਾਵੇਗੀ ਜਿਸ ਵਿੱਚ ਤੁਹਾਡੇ ਫਾਰਮਰ ਦਾ ਸਾਰਾ ਡਾਟਾ ਮੌਜੂਦ ਹੋਵੇਗਾ ਇਸ ਫਾਈਲ ਨੂੰ ਅਸੀਂ ਸੇਵ ਕਰ ਲਵਾਂਗੇ ਸੇਵ ਕਰਨ ਤੋਂ ਬਾਅਦ ਅਸੀਂ ਆਪਣਾ ਪੀ ਐਫ ਐਮ ਐਸ ਦਾ ਪੋਰਟਲ ਨੂੰ ਲੌਗਇਨ ਕਰਾਂਗੇ ਜਦੋਂ ਤੁਸੀਂ ਪੀ ਐਫ ਐਮ ਐਸ ਦਾ ਪੋਰਟਲ ਲੌਗਇਨ ਕਰਨਾ ਹੈ ਉਹ ਤੁਸੀਂ অপারেਟਰ ਦੇ ਪਾਸਵਰਡ ਨਾਲ ਲੌਗਇਨ ਕਰਨਾ ਹੈ ਲੌਗਇਨ ਕਰਨ ਤੋਂ ਬਾਅਦ ਤੁਸੀਂ ਆਉਂਗੇ ਮਾਸਟਰ ਵਿੱਚ ਮਾਸਟਰ ਵਿੱਚ ਆਉਣ ਤੋਂ ਬਾਅਦ ਵੈਂਡਰ ਵੈਂਡਰ ਵਿੱਚ ਆਪਸ਼ਨ ਹੈ ਅਪਲੋਡ ਵੈਂਡਰ ਡਾਟਾ ਦੀ ਇੱਥੇ ਅਸੀਂ ਕਲਿੱਕ ਕਰਾਂਗੇ ਅਤੇ ਉਸ ਵਿੱਚ ਆਪਣੀ ਫਾਈਲ ਨੂੰ ਚੂਜ਼ ਕਰਾਂਗੇ ਜੋ ਮੁਕਤੀ ਸੌਫਟਵੇਅਰ ਵਿੱਚ ਬਣਾਈ ਗਈ ਹੈ ਫਾਈਲ ਚੂਜ਼ ਕਰਨ ਤੋਂ ਬਾਅਦ ਅਸੀਂ ਇਸ ਨੂੰ ਅਪਲੋਡ ਫਾਈਲ ਤੇ ਕਲਿੱਕ ਕਰ ਦੇਾਂਗੇ ਅਤੇ ਫਾਈਲ ਅਪਲੋਡ ਹੋ ਜਾਵੇਗੀ ਇਸ ਨੂੰ ਓਕੇ ਕਰਨ ਤੋਂ ਬਾਅਦ ਸਾਡੇ ਕੋਲ ਇੱਥੇ ਪੈਂਡਿੰਗ ਦਾ ਰਿਮਾਰਕ ਆਏਗਾ ਅਤੇ ਇਸ ਇਸ ਨੂੰ ਥੋੜੀ ਜਿਹਾ ਬਾ ਰਿਫਰੈਸ਼ ਕਰਕੇ ਦੇਖਾਂਗੇ ਤਾਂ ਇੱਥੇ ਸਾਡੇ ਕੋਲ ਸਟੇਟਸ ਆਏਗਾ ਸਕਸੈਸਫੁਲੀ ਕੰਪਲੀਟ ਦਾ ਜੇ ਤੁਹਾਡੇ ਕੋਲ ਇੱਥੇ ਵੈਲੀਡੇਸ਼ਨ 에ਰਰ ਸ਼ੋ ਕਰਦਾ ਹੈ ਤਾਂ ਤੁਸੀਂ ਇਸ ਤੇ ਕਲਿੱਕ ਕਰਕੇ ਆਪਣੀ 에ਰਰ ਸ਼ੀਟ ਡਾਊਨਲੋਡ ਕਰ ਸਕਦੇ ਹੋ ਜਿਸ ਵਿੱਚ ਲਿਖਿਆ ਹੋਏਗਾ ਕਿ ਕਿਹੜੇ ਫਾਰਮਰ ਦੇ ਡਾਟਾ ਵਿੱਚ ਗਲਤੀ ਹੈ ਅਤੇ ਤੁਸੀਂ ਉਸ ਫਾਰਮਰ ਦਾ ਡਾਟਾ ਮੁਕਤੀ ਸੌਫਟਵੇਅਰ ਵਿੱਚ ਠੀਕ ਕਰ ਲੈਣਾ ਹੈ ਤਾਂ ਇਸ ਤਰ੍ਹਾਂ ਅਸੀਂ ਆਪਣਾ ਸਾਰਾ ਫਾਰਮਰ ਦਾ ਡਾਟਾ ਪੀਐਫਐਮਐਸ ਦੇ ਪੋਰਟਲ ਵਿੱਚ ਡਾਇਰੈਕਟ ਅਪਲੋਡ ਕਰ ਸਕਦੇ ਹਾਂ ਇਸੇ ਤਰ੍ਹਾਂ ਦੀ ਹੋਰ ਵਧੇਰੇ ਜਾਣਕਾਰੀ ਲਈ ਮੁਕਤੀ ਸੌਫਟਵੇਅਰ ਦਾ ਚੈਨਲ ਜਰੂ ਸਬਸਕ੍ਰਾਈਬ ਕਰੋ